ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਚਰਚਾ ਬਹੁਤ ਵਧੀਆ ਚੱਲ ਰਹੀ ਸੀਗੀ। ਧੰਨਵਾਦ ਹੈ ਮਨਤੀਰ ਸਿੰਘ ਦਾ, ਜਸਪਾਲ ਸਿੰਘ ਮੰਝਪੁਰ ਦਾ, ਜਿਹੜਾ ਨੇ ਇੰਨੇ ਵਧੀਆ ਟੌਪਿਕ ਦੇ ਉੱਤੇ ਵਧੀਆ ਵਧੀਆ ਬੁਲਾਰਿਆਂ ਨਾਲ, ਵਿਦਵਾਨਾਂ ਨਾਲ ਇਹ ਵਿਚਾਰ ਚਰਚਾ ਦੀ ਸਾਂਝ ਕਰਾਈ ਹੈ। ਬਹੁਤ ਇੰਪੋਰਟੈਂਟ ਹੈ। ਸਾਰਿਆਂ ਬੰਦਿਆਂ ਨੇ ਆਪਣੇ ਪੱਖ ਤੋਂ ਵਿਚਾਰ ਦਿੱਤੇ ਆ। ਛੋਟੇ ਵੀਰ ਜਗਪਾਲ ਸਿੰਘ ਨੇ ਕਾਫੀ ਨੈਸ਼ਨਲਿਜ਼ਮ ਦੇ ਜਿਹੜੇ ਪਿਛੋਕੜ ਨੇ ਉਹ ਦੱਸਿਆ, ਉਹਨਾਂ ਨੇ ਵੀ ਆਪਣੇ ਪੱਖ ਤੋਂ ਵਿਚਾਰ ਰੱਖਿਆ। ਸਾਰਿਆਂ ਨੇ ਆਪਣੇ ਆਪਣੇ ਪੱਖ ਤੋਂ, ਜੋ ਹੈ ਵੀ ਬਹੁਤ ਵੱਡਾ ਟੌਪਿਕ ਹੈ ਨੈਸ਼ਨਲ, ਬੜੇ ਵੱਡੇ ਉਹ ਪੱਖ ਉਹਦੇ 'ਚ ਫੁਰਲਣੇ ਚਾਹੀਦੇ ਆ। ਪਰ ਮੈਂ ਸਮਝਦਾ ਵੀ ਭਾਜੀ ਅੰਬੇਡ ਸਿੰਘ ਹੋਣਾ ਨੇ ਕਾਫੀ 70-80% ਗੱਲ ਕੰਕਲੂਡ ਕੀਤੀ ਆ। ਉਹਨਾਂ ਨੇ ਕਿਹਾ ਕਿ ਜਿਹੜੀ ਸਿੱਖਾਂ ਦੀ ਨੈਸ਼ਨਲਿਜ਼ਮ ਦੀ ਪਰਿਭਾਸ਼ਾ ਹੈ ਉਹ ਰੂਹਾਨੀਅਤ ਤੋਂ ਬਿਨਾਂ ਨਹੀਂ ਪੂਰੀ ਹੋ ਸਕਦੀ। ਇਹ ਸਾਡੀ ਟਰਡੀਸ਼ਨ ਜਿਹੜੀ, ਉਹ ਬਾਈ ਜੀ ਗੱਲ ਕਹਿ ਰਿਹਾ, ਸਾਡੀ ਟਰਡੀਸ਼ਨ 'ਚੋਂ ਵੀ ਨਿਕਲਦੀ ਹੈ ਰੂਹਾਨੀਅਤ, ਸਾਡੇ ਗੁਰੂ ਗ੍ਰੰਥ ਸਾਹਿਬ 'ਚੋਂ ਵੀ ਨਿਕਲਦੀ ਹੈ, ਸਾਡੀ ਹਿਸਟਰੀ 'ਚੋਂ ਵੀ, ਗੁਰੂਆਂ ਦੇ ਨਾਲ ਜੋ ਸਿੱਖਾਂ ਦਾ ਸਾਰਾ ਹੀ ਆ। ਉਹਨਾਂ ਦੀ ਗੱਲ ਬਿਲਕੁਲ ਸਹੀ ਆ। ਹੁਣ ਮੇਰੀ ਇਹਨਾਂ ਵੀਰਾਂ ਨੂੰ ਇਹ ਬੇਨਤੀ ਹੈ ਕਿ ਦੇਖੋ, 80-90% ਜੇ ਸਮਝਦੇ ਹਾਂ ਆਪਾਂ ਵੀ ਸਿੱਖ ਨੈਸ਼ਨਲਿਜ਼ਮ ਦੀ ਪਰਿਭਾਸ਼ਾ, ਜੋ ਜਗਪਾਲ ਸਿੰਘ ਉਹਨਾਂ ਨੇ ਸਾਨੂੰ ਟੌਪਿਕ ਦਿੱਤਾ, ਪ੍ਰੋਜੈਕਟ ਦਿੱਤਾ ਉਹਨਾਂ ਨੇ ਸਾਡੇ ਸਾਰਿਆਂ ਦੇ ਸਾਹਮਣੇ, ਕਿ ਅਸੀਂ ਸਾਰੇ ਰਲ ਕੇ ਇਹਦਾ ਜਵਾਬ ਲੱਭੀਏ। ਭਾਜੀ ਅਜਮੇਰ ਸਿੰਘ ਉਹਨਾਂ ਨੇ ਕਾਫੀ ਉਹਦੇ 'ਚ ਕਲੀਅਰ ਕੀਤਾ, ਉਹਨਾਂ ਨੇ ਆਪਣੀ ਜੋ ਉਹਨਾਂ ਦਾ ਤਜਰਬਾ ਆ, ਜੋ ਉਹਨਾਂ ਦੀ ਆਪਣੀ ਵਿਦਵਤਾ ਹੈ, ਉਸ ਹਿਸਾਬ ਨਾਲ ਰਾਸ਼ਟਰਵਾਦ, ਮੈਂ ਕਹਿੰਦਾ ਵੀ ਇਹ ਨੈਸ਼ਨਲਿਜ਼ਮ ਦੀ ਪਰਿਭਾਸ਼ਾ ਰਾਸ਼ਟਰਵਾਦ ਤੋਂ ਕੱਢਣ ਦੇ ਵਿੱਚੋਂ, ਰਾਸ਼ਟਰਵਾਦ 'ਚ ਕੱਢਣ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਜਿਹੜੀ ਰੂਹਾਨੀਅਤ ਹੈ ਉਹ ਬੰਦੇ ਦੀ ਪ੍ਰੈਕਟਿਸ ਨਾਲ ਬਹੁਤ ਉਹਦਾ ਸੰਬੰਧ ਹੈ, ਕਿ ਜਦੋਂ ਬੰਦਾ ਰੂਹਾਨੀਅਤ ਦੇ ਵਿੱਚੋਂ ਗੁਜ਼ਰਦਾ, ਉਹ ਪਾਸ 'ਚੋਂ ਦੀ ਗੁਜ਼ਰਦਾ ਇਨਸਾਨ ਹੈ, ਅਤੇ ਉਹਦਾ ਰੂਪ ਕੀ ਹੋਣਾ ਚਾਹੀਦਾ, ਉਹਦੇ ਅਮਲ ਕੀ ਹੋਣੇ ਚਾਹੀਦੇ ਆ, ਰੂਹਾਨੀਅਤ ਬਾਤ ਦੇ ਵਿੱਚੋਂ ਗੁਜ਼ਰਦੇ ਇਨਸਾਨ ਦੇ ਅਮਲ ਕਿੱਦਾਂ ਦੇ ਹੋਣੇ ਚਾਹੀਦੇ ਇਸ ਦੁਨੀਆਂ 'ਤੇ। ਕਿਉਂਕਿ ਜੋ ਟੌਪਿਕ ਹੈ, ਜੋ ਬਾਈ ਜਦ ਤੱਕ ਦੁਨੀਆ ਇਹ ਸਿੱਧ ਗੋਸ਼ਟ ਦੀ ਜੋ ਇਹਨਾਂ ਨੇ ਬਾਣੀ ਫਰਮਾਨ ਕੀਤੀ ਆ, ਇਹ ਉਹਨਾਂ ਬੰਦਿਆਂ ਨੂੰ ਉਹਨਾਂ ਨੇ ਜਾ ਕੇ ਉੱਥੇ ਸਿੱਧ ਗੋਸ਼ਟ 'ਚ ਕਹੀ ਹੈ, ਜਿਹੜੇ ਬੰਦੇ ਛੱਡ ਚੁੱਕੇ ਸੀ ਸਾਡੇ ਸਮਾਜ ਨੂੰ, ਔਰ ਰੂਹਾਨੀਅਤ ਦੇ ਨਾਲ ਆਪਣੀ ਉਸ ਪਰਮਾਤਮਾ ਦੀ ਯਾਦ ਦੇ ਨਾਲ ਉਹ ਖੁੰਦਰਾਂ 'ਚ ਬੈਠੇ ਜੀਵਨ ਬਤੀਤ ਕਰ ਰਹੇ ਸੀ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਰੂਹਾਨੀਅਤ ਦੀ ਜਿਹੜੀ ਤੁਹਾਡੀ ਪਰਿਭਾਸ਼ਾ ਹੈ ਉਹ ਠੀਕ ਨਹੀਂ ਹੈ। ਮੈਂ ਇਹ ਗੱਲ ਵੀਰ ਨੂੰ ਬਸ ਇੰਨੀ ਕੁ ਸਾਰਿਆਂ ਨੂੰ ਕਹਿਣੀ ਚਾਹੁੰਦਾ ਵੀ ਇਹ ਵੀ ਇੱਕ ਟੌਪਿਕ ਹੈ ਜਿਹੜਾ ਰੂਹਾਨੀਅਤ ਸਿੱਖਇਜ਼ਮ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਕੰਸੈਪਟ ਨੂੰ ਲੈ ਕੇ, ਇਸ ਰੂਹਾਨੀਅਤ 'ਚ ਗੁਜ਼ਰਦੇ ਹੋਏ ਬੰਦੇ ਦੀ ਪ੍ਰੈਕਟਿਸ ਕਿੱਦਾਂ ਦੀ ਹੋਣੀ ਚਾਹੀਦੀ ਆ, ਇਹ ਜ਼ਰੂਰੀ ਹੈ। ਇਸ ਤੋਂ ਬਾਅਦ ਫਿਰ ਸਿੱਖ ਜਿਹੜੀ ਨੈਸ਼ਨਲਿਜ਼ਮ ਦੀ ਪਰਿਭਾਸ਼ਾ ਹੈ ਜਿਹੜੀ ਆ ਉਹ ਫਿਰ ਘੜਨ ਦਾ ਆਪਾਂ ਨੂੰ ਟੌਪਿਕ ਰੱਖਣਾ ਚਾਹੀਦਾ। ਇਹਨਾਂ ਬੇਨਤੀਆਂ ਨਾਲ ਫਿਰ ਵੀਰਾਂ ਦਾ, ਸਾਰਿਆਂ ਦਾ, ਆਪ ਜੀ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਚਰਚਾ, ਔਰ ਵਾਕਈ ਇਹਦੀ ਬਹੁਤ ਵੱਡੀ ਲੋੜ ਹੈ, ਔਰ ਇਹ ਵਧਾਈ ਦੇ ਪਾਤਰ ਨੇ, ਔਰ ਇਹਨਾਂ ਨੂੰ ਹਰ ਹਾਲਤ ਦੇ ਵਿੱਚ ਆਏ ਮਹੀਨੇ 15 ਦਿਨਾਂ ਬਾਅਦ ਇਸ ਚਰਚਾ ਨੂੰ ਅੱਗੇ ਜ਼ਰੂਰ ਵਧਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।